ਇਹ ਧੀਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧੀਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸੋ ਖਰੜ ਤੋਂ ਜੋ 25 ਤਰੀਕ ਨੂੰ ਬੱਸ ਯਾਤਰਾ ਚੱਲੀ ਸੀ ਸ਼ਰਧਾਲੂਆਂ ਦੀ ਵਰਿੰਦਾਵਨ ਦੇ ਲਈ, ਸੋ ਅਸੀਂ ਵੀ ਇਸ ਯਾਤਰਾ ਦੇ ਨਾਲ ਨਾਲ ਰਹੇ ਹਾਂ। ਅੱਜ ਇਹ ਯਾਤਰਾ ਦੀ ਸਮਾਪਤੀ ਹੈ, ਇੱਥੋਂ ਖਰੜ ਦੇ ਲਈ ਵਾਪਸੀ ਹੈ। ਸੋ ਜਿਹੜੇ ਯਾਤਰੀ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸ਼ਰਧਾਲੂਆਂ ਦੇ ਨਾਲ ਕਿ ਇਹ ਯਾਤਰਾ ਉਹਨਾਂ ਨੂੰ ਕਿਵੇਂ ਲੱਗੀ, ਕਿਵੇਂ ਦੀ ਰਹੀ। ਅਤੇ ਜੋ ਅਮਿਤ ਸੇਠੀ ਜੀ ਨੇ ਜੋ ਇਸ ਯਾਤਰਾ ਨੂੰ ਹਰ ਸਾਲ ਲੈ ਕੇ ਆਉਂਦੇ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਆਓ ਫਿਰ ਦਿਖਾਉਂਦੇ ਤੁਹਾਨੂੰ ਪੂਰੀ ਜਾਣਕਾਰੀ। ਹਾਂਜੀ ਅਮਿਤ ਸੇਠੀ ਜੀ, ਬਹੁਤ ਵਧੀਆ ਤੁਸੀਂ ਜੋ ਯਾਤਰਾ ਲੈ ਕੇ ਆਏ ਹੋ, ਇੱਕ ਪੁੰਨ ਦਾ ਵੀ ਕੰਮ ਕਹਿ ਸਕਦੇ ਹਾਂ ਅਤੇ ਬੜੀ ਕਿਰਪਾ ਹੈ ਤੁਹਾਡੇ 'ਤੇ ਭਗਵਾਨ ਕ੍ਰਿਸ਼ਨ ਜੀ ਦੀ। ਕੀ ਕਹੋਗੇ ਹੁਣ ਯਾਤਰਾ ਰਵਾਨਾ ਵੀ ਹੋ ਰਹੀ ਹੈ? ਪਹਿਲਾਂ ਤਾਂ ਮੈਂ ਇਹ ਧੀਮਾਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ ਕੱਢ ਕੇ ਸਾਡੇ ਨਾਲ ਇਸ ਯਾਤਰਾ ਦਾ ਆਨੰਦ ਵੀ ਲਿੱਤਾ। ਇਹ ਇਸ ਟਾਈਮ ਆਪਾਂ ਬ੍ਰਜ ਭੂਮੀ 'ਤੇ ਖੜ੍ਹੇ ਹਾਂ ਜਿੱਥੇ ਯਾਤਰਾ ਦਾ ਵਿਸ਼ਰਾਮ ਆ ਬਰਸਾਨੇ। ਮਤਲਬ ਕਿ ਆਪਾਂ ਨੂੰ ਇਹ ਯਾਤਰਾ ਕਰਾਉਂਦੇ ਨੂੰ ਲਗਭਗ 16 ਸਾਲ ਹੋ ਗਏ ਜੀ। ਸਾਡੇ ਕਲੱਬ ਦਾ ਨਾਮ ਹੈਗਾ ਸ਼੍ਰੀ ਰਾਧਾ ਕ੍ਰਿਪਾ ਕਲੱਬ ਖਰੜ ਜੀ। ਇਹ ਅਸੀਂ ਅੱਜ ਤੋਂ 16 ਸਾਲ ਪਹਿਲਾਂ ਮਤਲਬ ਕਿ ਆਪਣੇ ਵੱਡੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ, ਜਿਵੇਂ ਅੰਕਲ ਜੀ ਆ ਇਹਨਾਂ ਦੇ ਮੁੰਡਿਆਂ ਦੀ ਆਪਾਂ ਨੂੰ ਪੂਰੀ ਸਪੋਰਟ ਆ, ਮੇਰੇ ਮਿੱਤਰ ਵੀ ਹੈ ਜੀ, ਵੀ ਅਸੀਂ ਇੱਕ ਮੀਟਿੰਗ ਰੱਖ ਕੇ ਗਿਆ ਸੀ ਵੀ ਆਪਾਂ ਮਤਲਬ ਕਿ ਆਪਣੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਤੀਰਥਾਂ 'ਤੇ ਲੈ ਕੇ ਜਾਇਆ ਕਰਾਂਗੇ ਵਰਿੰਦਾਵਨ ਦੇ, ਜੋ ਕਦੀ ਜੀਵਨ ਦੇ ਵਿੱਚ ਕਦੀ ਅਫੋਰਡ ਨਹੀਂ ਕਰ ਸਕਦੇ, ਜਾਂ ਕਿਸੇ ਕੋਲ ਸਮੇਂ ਦੀ ਪ੍ਰੋਬਲਮ ਆ, ਜਾਂ ਕਿਸੇ ਕੋਲ ਪੈਸੇ ਦੀ ਪ੍ਰੋਬਲਮ ਆ, ਜਾਂ ਕਿਸੇ ਕੋਲ ਮਤਲਬ ਕਿ ਕੋਈ ਸਾਥ ਨਹੀਂ ਬਣਦਾ ਸੀ। ਅਸੀਂ ਫਿਰ ਮਤਲਬ ਕਿ ਉਸ ਟਾਈਮ ਤੋਂ ਇਹ ਯਾਤਰਾ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਅਸੀਂ ਹਰ ਸਾਲ 21 ਸੀਟਾਂ ਟੋਟਲ ਲਗਭਗ ਫ੍ਰੀ ਰਾਧਾ ਰਾਣੀ ਦੇ ਨਾਮ ਦੀਆਂ ਲਿਖ ਕੇ ਆਉਂਦੇ ਹਾਂ ਔਰ ਅਸੀਂ ਉਹਨਾਂ ਨੂੰ ਪੂਰੇ ਬ੍ਰਜ ਭੂਮੀ 84 ਕਰੋੜ ਦੀ ਯਾਤਰਾ ਕਰਾਉਂਦੇ ਹਾਂ। ਕੁਛ ਵਕਤ ਇੱਦਾਂ ਵੀ ਹੁੰਦੇ ਆ, ਉਹ ਕਹਿੰਦੇ ਵੀ ਅਸੀਂ ਜਾਣਾ ਤਾਂ ਹੈ ਪਰ ਤੁਹਾਡੇ ਨਾਲ, ਪਰ ਅਸੀਂ ਫ੍ਰੀ ਨਹੀਂ ਜਾਣਾ। ਫਿਰ ਉਹਨਾਂ ਤੋਂ ਅਸੀਂ ਮਤਲਬ ਕਿ ਆਪਣਾ ਖਰਚਾ ਖੁਰਚਾ ਜਿਹਾ ਲਾ ਕੇ ਜੋ ਵੀ ਘੱਟ ਤੋਂ ਘੱਟ ਅਸੀਂ ਇੱਕ ਟਿਕਟ ਦਾ ਰੇਟ ਰੱਖਿਆ ਹੋਇਆ ਜੀ, ਜਿਹਦੇ ਵਿੱਚ ਅਸੀਂ ਮਤਲਬ ਕਿ ਸਾਨੂੰ ਲਗਭਗ 16 ਸਾਲ ਹੋ ਗਏ ਜੀ ਜਿਹਦੇ ਵਿੱਚ ਅਸੀਂ ਜ਼ਰੂਰਤਮੰਦਾਂ ਨੂੰ ਤੀਰਥ ਕਰਾਉਂਦੇ ਹਾਂ ਜੀ। ਬਾਕੀ ਅੰਕਲ ਜੀ ਹੈਗੇ ਮੇਰੇ ਨਾਲੇ, ਕੁਝ ਦੱਸਣਗੇ ਆਪਣੇ ਬਾਰੇ ਜੀ। ਬਹੁਤ ਬਹੁਤ ਵਧੀਆ, ਪਹਿਲਾਂ ਸਭ ਤੋਂ ਜ਼ਿਆਦਾ ਇਸ ਚੈਨਲ ਦਾ ਬਹੁਤ ਬਹੁਤ ਸਵਾਗਤ ਹੈ ਜਿਹੜਾ ਸਾਨੂੰ ਇੰਨੀ ਗਾਈਡ ਕਰਕੇ ਕਿਆ ਕਹਿੰਦਾ ਨੂੰ ਉਹ ਧਰਮ ਸਥਾਨ ਬਾਰੇ ਜਾਣਕਾਰੀ ਦਿੰਦਾ। ਬਾਕੀ ਜੋ ਸੇਠੀ ਸਾਹਿਬ ਨੇ ਦੱਸਿਆ ਬਿਲਕੁਲ ਸਹੀ ਦੱਸਿਆ, ਇਹ ਇਹਨਾਂ ਦਾ ਬੜਾ ਇਹਦੇ ਵਿੱਚ ਯੋਗਦਾਨ ਹੈ। ਗਰੀਬ ਪਰਿਵਾਰਾਂ ਨੂੰ, ਜੋ ਗਰੀਬ ਬੱਚੀਆਂ ਉਹਨਾਂ ਦਾ ਬਹੁਤ ਸਾਥ ਦੇ ਰਿਹਾ। ਬਾਕੀ ਪਰਮਾਤਮਾ ਇਹਨਾਂ ਦਾ ਤੰਦਰੁਸਤੀ ਬਖਸ਼ੇ, ਚੈਨ ਵਾਲਿਆਂ ਦਾ ਕੰਮ ਵਧੀਆ ਚੱਲਦਾ ਰਹੇ। ਪੂਰੇ ਦਰਸ਼ਨ ਹੋਏ, ਹਾਂ ਫਸਟ ਕਲਾਸ ਫਸਟ ਕਲਾਸ ਫਸਟ ਕਲਾਸ। ਹਾਂਜੀ ਮਾਤਾ ਜੀ, ਰਾਧੇ ਰਾਧੇ। ਕਿਵੇਂ ਰਹੀ ਫਿਰ ਯਾਤਰਾ? ਬੜੀ ਵਧੀਆ, ਬੜੀ ਵਧੀਆ ਰਹੀ। ਕਾਫੀ ਮੰਦਰ ਦੇਖ ਲਏ ਹੈ ਨਾ, ਦਰਸ਼ਨ ਪੂਰੇ ਕਰੇ, ਖੁੱਲੇ ਹੈ ਨਾ, ਖੁੱਲੇ ਕੀਤੇ ਬੱਚੇ ਹੈ ਜੋ ਭਾਗਾਂ 'ਚ, ਹਾਂ ਜੋ ਭਾਗਾਂ 'ਚ। ਵਾਹ ਜੀ ਵਾਹ। ਸੋ ਹੁਣ ਫਿਰ ਤਿਆਰੀ ਹੈ ਫਿਰ ਵਾਪਸੀ ਦੀ ਹੈ ਨਾ, ਵਾਪਸ ਜਾਣਾ ਹੁਣ ਆਪਾਂ। ਸਾਨੂੰ ਜਿਵੇਂ ਸੀਗਾ ਦਿਖਾਉਣ ਵਾਸਤੇ ਮੰਦਰ, ਅਸੀਂ ਜਿਸ ਮਤਲਬ ਆਸ ਦੇ ਲਈ ਆਏ ਸਭ ਕੁਝ ਦੇਖਿਆ। ਤੁਹਾਡਾ ਬਹੁਤ ਬਹੁਤ ਧੰਨਵਾਦ, ਅੱਗੇ ਨੂੰ ਫਿਰ ਤੁਹਾਡੇ ਨਾਲ ਜੁੜਦੇ ਰਹਾਂਗੇ। ਬਹੁਤ ਬਹੁਤ ਅੱਛੇ ਹੋਏ ਔਰ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਫਸਟ ਟਾਈਮ ਸਾਰੇ ਜਾਂਦੇ ਪਏ, ਸਾਰੇ ਇਵੇਂ ਲੱਗੇ ਜਿਵੇਂ ਸਾਰੇ ਭੈਣ ਭਰਾ ਕਦੋਂ ਦੇ ਸਾਰੇ ਆਪਣੇ ਹੀ ਆ, ਪਤਾ ਨਹੀਂ ਕਦੋਂ ਦੇ ਆ ਰਹੇ ਆ। ਤੇ ਬੜੀ ਅੱਛੀ ਤਰ੍ਹਾਂ ਦਰਸ਼ਨ ਕਰਵਾਏ ਤੁਸੀਂ, ਹਰ ਜਗ੍ਹਾ
ਬੜੀ ਪੂਰੀ ਸਹੂਲੀਅਤ ਦਿੱਤੀ ਸਾਨੂੰ। ਪਹਿਲੀ ਵਾਰ ਆਇਆ ਤੇ ਲੇਕਿਨ ਬਹੁਤ ਹੀ ਅੱਛਾ ਲੱਗਿਆ, ਇੰਝ ਲੱਗਿਆ ਸਾਡਾ ਸਾਰਾ ਪਰਿਵਾਰ ਇੱਕ ਹੈ ਔਰ ਇੱਕ ਬਣ ਕੇ ਆਏ ਹਾਂ ਤੇ ਇੱਕ ਬਣ ਕੇ ਜਾਏ ਕਰਦੇ ਹਾਂ। ਇਹ ਬੜੀ ਖੁਸ਼ੀ ਹੈ ਸਾਨੂੰ, ਕੋਈ ਰਸਤੇ ਕੋਈ ਪ੍ਰੋਬਲਮ ਨਹੀਂ ਆਈ ਔਰ ਨੈਕਸਟ ਟਾਈਮ ਸਾਨੂੰ ਫਿਰ ਵੀ ਬੁਲਾਇਓ, ਅਸੀਂ ਤੁਹਾਡੇ ਨਾਲ ਹਰ ਵਾਰ ਯਾਤਰਾ ਕਰਨ ਵਾਸਤੇ ਤਿਆਰ ਹਾਂ। ਹਾਂਜੀ, ਇਹ ਟੂਰ ਹਾਲਾਂਕਿ ਸ਼ੋਰਟ ਟਾਈਮ ਦੇ ਵਿੱਚ ਅਰੇਂਜ ਕੀਤਾ ਗਿਆ ਸੀਗਾ ਪਰ ਬਹੁਤ ਵਧੀਆ ਟੂਰ ਰਿਹਾ ਔਰ ਸਾਰੇ ਮੰਦਰ ਸਾਰੇ ਧਾਰਮਿਕ ਸਥਾਨ ਜਿਹੜਿਆਂ ਦੀ ਯਾਤਰਾ ਆਮ ਤੌਰ 'ਤੇ ਲੋਕ ਇੱਥੇ ਕਰਨ ਆਉਂਦੇ ਆ ਉਹ ਸਾਰਿਆਂ ਦੀ ਯਾਤਰਾ ਕੀਤੀ, ਦਰਸ਼ਨ ਕੀਤੇ ਅਤੇ ਬਹੁਤ ਵਧੀਆ ਦਰਸ਼ਨ ਹੋਏ। ਖਾਣ ਪੀਣ ਦਾ ਪ੍ਰਬੰਧ ਬਹੁਤ ਵਧੀਆ ਸੀਗਾ, ਰਹਿਣ ਦਾ ਪ੍ਰਬੰਧ ਵੀ ਬਹੁਤ ਵਧੀਆ ਸੀਗਾ, ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ। ਇਸ ਵਾਸਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਵਧਾਈ ਦੇ ਪਾਤਰ ਹੈ, ਧੰਨਵਾਦ। ਯਾਤਰਾਵਾਂ ਕਰਾਉਂਦੇ ਰਹਿੰਦੇ ਹੋ? ਹਾਂਜੀ, ਇਹ ਖਰੜ ਤੋਂ ਯਾਤਰਾ ਲੈ ਕੇ ਆਏ ਹੋ? ਹਾਂਜੀ, ਤਿੰਨ ਚਾਰ ਦਿਨ ਆਪਾਂ ਬੜੇ ਖੁਸ਼ੀ ਖੁਸ਼ੀ ਲਾਏ ਹਾਂ ਇੱਥੇ ਅਤੇ ਸ਼ਰਧਾਲੂਆਂ ਨੇ ਭਗਤਾਂ ਨੇ ਤੀਰਥ ਯਾਤਰਾ ਕੀਤੀ ਹੈ, ਦਰਸ਼ਨ ਵੀ ਕੀਤੇ ਹੈ। ਹਾਂਜੀ, ਕੀ ਕਹੋਗੇ? ਮਤਲਬ ਇਹ ਸਾਡੇ ਸੇਠੀ ਜੀ ਨੇ ਜੀ ਖਰੜ ਤੋਂ, ਇਹ ਹਰ ਸਾਲ ਫ੍ਰੀ ਯਾਤਰਾ ਲੈ ਕੇ ਆਉਂਦੇ ਆ ਜੀ। ਹਾਂਜੀ ਹਾਂ, ਬਹੁਤ ਵਧੀਆ ਇਹ ਯਾਤਰਾ ਕਰਾਉਂਦੇ ਆ ਸਾਰੇ ਧਾਮਾਂ ਦੀ, ਸਾਰੇ ਮੰਦਰਾਂ ਦੀ, ਬਰਸਾਨਾ ਗੋਵਰਧਨ ਅੱਗੇ ਮੰਦਰ ਹੈਗਾ ਆਪਣਾ ਉਹਦੇ ਵਾਲਾ ਕੋਕਲਾ ਬਨ ਦਾ ਅਤੇ ਰਮਾ ਰੇਤੀ ਵਗੈਰਾ, ਬਹੁਤ ਵਧੀਆ ਯਾਤਰਾ ਕਰਾਉਂਦੇ ਅਤੇ ਸਾਰੀ ਸੰਗਤ ਖੁਸ਼ ਹੈ ਇਹਨਾਂ ਤੋਂ, ਹਰ ਸਾਲ ਬਹੁਤ ਵਧੀਆ ਯਾਤਰਾ ਲੈ ਕੇ ਆਉਂਦੇ ਜੀ। ਅਤੇ ਬੱਸ ਇਹ ਆਪਣੀ ਉਹ ਲੈ ਕੇ ਆਉਂਦੇ ਐਨ ਜੀ ਕੇ ਬੱਸ। ਹਾਂਜੀ ਹਾਂ, ਪਟਿਆਲੇ ਤੋਂ ਰਾਜੇ ਰਾਜੇ। ਹਾਂਜੀ, ਯਾਤਰਾ ਕੀਤੀ ਹੈ, ਦਰਸ਼ਨ ਕੀਤੇ ਹੈ, ਕਿਸ ਤਰ੍ਹਾਂ ਲੱਗਿਆ ਤੁਹਾਨੂੰ ਭਗਵਾਨ ਜੀ ਦੇ ਦਰਸ਼ਨ ਖੁੱਲ੍ਹੇ ਹੋਏ? ਹਾਂਜੀ, ਬਹੁਤ ਸੋਹਣੇ ਦਰਸ਼ਨ ਹੋਏ, ਬਹੁਤ ਖੁੱਲ੍ਹੇ ਦਰਸ਼ਨ ਹੋਏ ਔਰ ਬਹੁਤ ਅੱਛਾ ਲੱਗਿਆ, ਬਹੁਤ ਆਨੰਦ ਆਇਆ ਸਾਨੂੰ ਯਾਤਰਾ 'ਚ ਜੀ। ਹਾਂਜੀ, ਰਾਧੇ ਰਾਧੇ। ਰਾਧੇ ਰਾਧੇ। ਕਿਵੇਂ ਲੱਗ ਰਹੀ ਯਾਤਰਾ? ਹਾਂਜੀ ਜੀ, ਬਹੁਤ ਵਧੀਆ ਲੱਗਿਆ ਜੀ। ਹਾਂਜੀ, ਰਾਧੇ ਰਾਧੇ। ਬਹੁਤ ਵਧੀਆ ਰਹੀ, ਬਹੁਤ ਸਾਰੇ ਵਧੀਆ ਦਰਸ਼ਨ ਹੋਏ ਸਾਰੇ ਮੰਦਰਾਂ ਦੇ, ਸਾਰੇ ਵਧੀਆ, ਬਹੁਤ ਸੇਠੀ ਜੀ ਨੇ ਬਹੁਤ ਸਾਥ ਦਿਆ। ਖਾਣ ਪੀਣ ਦਾ ਬਹੁਤ ਵਧੀਆ ਅਰੇਂਜਮੈਂਟ, ਬਹੁਤ ਵਧੀਆ ਦਾ ਬ੍ਰੇਕਫਾਸਟ ਲੰਚ ਡਿਨਰ ਸਭ ਮਿਲਦਾ ਦਾ, ਉਹ ਵੀ ਐਨ ਵਧੀਆ। ਰਾਧੇ ਰਾਧੇ। ਜੈ ਰਾਧੇ, ਜੈ ਰਾਧੇ। ਬੀਬੀ, ਯਾਤਰਾ ਕੀਤੀ ਹੈ, ਕਿਵੇਂ ਰਹੀ ਤੁਹਾਡੀ ਇਹ ਯਾਤਰਾ? ਅੱਛਾ, ਬਹੁਤ ਵਧੀਆ ਯਾਤਰਾ ਰਹੀ ਸਾਡੀ। ਹਾਂਜੀ, ਬਸ ਭਗਵਾਨ ਜੀ ਦੇ ਦਰਸ਼ਨ ਹੋਏ? ਬਹੁਤ ਵਧੀਆ ਦਰਸ਼ਨ ਹੋਏ ਆ ਜੀ ਭਗਵਾਨ ਜੀ ਦੇ। ਪਹਿਲਾਂ ਵੀ ਆਏ ਤੁਸੀਂ ਇੱਥੇ? ਮੈਂ ਬਹੁਤ ਵਾਰ ਆਈ ਹਾਂ ਪਹਿਲਾਂ, ਬਹੁਤ ਵਾਰ, ਗਿਣਤੀ ਨਹੀਂ ਆ ਜੀ। ਬੱਸ 'ਚ ਵਾਂ ਹੁਣ ਆਈਆਂ ਨੇ, ਸਰ ਟ੍ਰੇਨ 'ਚ ਆਉਂਦੀਆਂ ਸੀ, ਹਫਤਾ ਹਫਤਾ ਲਾ ਕੇ ਜਾਂਦੀਆਂ ਸੀ ਅਸੀਂ ਜੀ, ਸਾਰੇ ਕਿਤੇ ਘੁੰਮਦੀਆਂ ਸੀ, ਹੁਣ ਬਸ ਰਹਿ ਗਏ ਸੀ, ਹੁਣ ਸਰੀਰ ਰਹਿ ਗਿਆ, ਬਸ ਹੁਣ ਕੀ ਕਹਿਣਾ ਕੀ ਨਹੀਂ। ਹਾਂਜੀ, ਰਾਧੇ ਰਾਧੇ ਜੀ। ਹਾਂਜੀ, ਕਿਵੇਂ ਰਹੀ ਯਾਤਰਾ ਤੁਹਾਡੀ? ਬਹੁਤ ਵਧੀਆ ਯਾਤਰਾ ਰਹੀ ਜੀ ਸਾਡੀ ਜੀ। ਤੋ ਕਾਫੀ ਦਿਨ ਲੱਗ ਗਏ? ਹਾਂਜੀ, 4-5 ਦਿਨ ਲੱਗੇ ਜੀ ਸਾਡੇ ਜੀ। ਅਸੀਂ 25 ਨੂੰ ਆਏ ਸੀਗੇ ਜੀ, 28 ਨੂੰ ਵਾਪਸ ਚੱਲੇ। 28 ਜੀ। ਕਿੰਨੇ ਮੰਦਰ ਦੇਖ ਲਏ? ਸਾਰੇ ਦੇਖ ਲਏ? ਹਾਂਜੀ, ਤਕਰੀਬਨ ਦੇਖ ਹੀ ਲਏ ਸਾਰੇ ਜੀ, 1-2 ਮਿਸ ਹੋਇਆ ਵਸੇ। ਓਕੇ, ਹਾਂਜੀ ਹਾਂਜੀ। ਰਾਧੇ ਰਾਧੇ ਜੀ। ਬਹੁਤ ਅੱਛੀ ਰਹੀ ਯਾਤਰਾ ਤਾਂ। ਹਾਂਜੀ, ਭਗਵਾਨ ਜੀ ਦੇ ਦਰਸ਼ਨ ਕਿਵੇਂ? ਹਾਂਜੀ, ਦਰਸ਼ਨ ਤਾਂ ਬਹੁਤ ਅੱਛੇ ਹੋਏ, ਬਰਸਾਨੇ ਵੀ ਅੱਛੇ ਹੋ ਗਏ, ਹਰ ਜਗ੍ਹਾ ਅੱਛੇ ਦਰਸ਼ਨ ਹੋ ਗਏ। ਹਾਂਜੀ ਹਾਂਜੀ,
ਪਹਿਲਾਂ ਆਉਂਦੇ ਸੀ ਤੁਸੀਂ ਆਉਂਦੇ ਸੀ ਤੀਜੀ ਵਾਰੀ ਆਈ ਹਾਂ ਤੀਜੀ ਵਾਰ ਆਏ ਹਾਂਜੀ ਵਧੀਆ ਲੱਗਿਆ ਹਾਂਜੀ ਵਧੀਆ ਲੱਗਿਆ ਬਹੁਤ ਅੱਛਾ ਲੱਗਾ ਤੇ ਅਰੇਂਜਮੈਂਟ ਕਿਵੇਂ ਰਿਹਾ ਇੱਥੇ ਦਾ ਅਰੇਂਜਮੈਂਟ ਵੀ ਅੱਛਾ ਥਾ ਜੀ ਬਹੁਤ ਅੱਛਾ ਸੋ ਹੁਣ ਵਾਪਸੀ ਆ
ਫਸਟ ਟਾਈਮ ਤਾਂ ਫਸਟ ਟਾਈਮ ਆਏ ਹੋ ਹਾਂਜੀ ਭਗਵਾਨ ਜੀ ਦੇ ਦਰਸ਼ਨ ਪੂਰੇ ਹੋਏ ਹਾਂਜੀ ਜੀ ਹਾਂਜੀ ਘੁੰਮੇ ਪੂਰਾ ਹਾਂਜੀ ਇੰਜੋਏ ਕੀਤਾ ਜੀ ਛੇਤੀ ਵੀਰ ਜੀ ਨਾਲ ਪਹਿਲੀ ਵਾਰ ਆਏ ਬਹੁਤ ਜ਼ਿਆਦਾ ਚੱਲ ਗਿਆ ਸਾਨੂੰ ਆ ਕੇ ਉਹਨਾਂ ਨਾਲ ਉਹਨਾਂ ਨੇ ਸਾਡਾ ਬਹੁਤ ਅੱਛਾ ਪ੍ਰਬੰਧ ਕੀਤਾ ਹੋਇਆ ਸੀਗਾ ਔਰ ਬਿਲਕੁਲ ਸਾਥ ਦਿੱਤਾ ਸਾਰੇ ਮੰਦਰਾਂ ਵਿੱਚ ਸਾਨੂੰ ਸਾਡੇ ਨਾਲ ਰਹੇ ਉਹ ਹਾਂਜੀ ਸਾਰੇ ਮੰਦਰਾਂ ਦੇ ਦਰਸ਼ਨ ਹਾਂਜੀ ਬਹੁਤ ਵਧੀਆ ਨੇ ਹਾਂਜੀ ਉਹਨਾਂ ਨੇ ਹਾਂਜੀ ਜੀ ਸਾਥ ਪੂਰਾ ਹਾਂਜੀ ਦਿੱਤਾ ਜਿੱਦਾਂ ਰਿਸਪੋਂਸੀਬਿਲਟੀ ਤੇ ਸਾਰੀ ਸੰਭੀ ਉਹਨਾਂ ਨੇ ਹਾਂਜੀ ਹਾਂਜੀ ਰਾਧੇ ਰਾਧੇ ਜੀ ਰਾਧੇ ਰਾਧੇ ਬ੍ਰੇਕਫਾਸਟ ਬਹੁਤ ਵਧੀਆ ਦਿੱਤਾ ਡਿਨਰ ਵੀ ਬਹੁਤ ਵਧੀਆ ਦਿੱਤਾ ਰਾਤ ਦਾ ਵੀ ਬਹੁਤ ਅੱਛੀ ਉਹਨਾਂ ਨੇ ਇੰਤਜ਼ਾਮ ਕੀਤਾ ਜੋ ਸਾਨੂੰ ਘਰ 'ਚ ਚਾਹੀਦਾ ਬਹੁਤ ਅੱਛੀ ਉਹਨਾਂ ਨੇ ਦੇਖਭਾਲ ਕੀਤੀ ਖਾਣਾ ਦਿੱਤਾ ਸਾਡਾ ਹਾਲੇ ਵੀ ਦਿਲ ਦਾ ਵੀ ਹਫ਼ਤਾ ਹੋਰ ਰੁਕ ਜਾਂਦੇ ਪਾਬੰਦੀ ਕਾਰਨ ਰੁਕ ਨਹੀਂ ਪਾਏ ਠੀਕ ਹੈ ਨਾ ਰਾਧੇ 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 ਵੀਰ ਜੀ ਬਹੁਤ ਵਧੀਆ ਰਿਹਾ ਸਾਨੂੰ ਰਾਧੇ ਰਾਧੇ ਜੀ ਕਿਵੇਂ ਰਹੀ ਯਾਤਰਾ ਤੁਹਾਡੀ ਮੇਰੀ ਪਹਿਲੀ ਵਾਰ ਯਾਤਰਾ ਸੀਗੀ ਬਹੁਤ ਵਧੀਆ ਰਹੀ ਤੁਹਾਡਾ ਅਰੇਂਜਮੈਂਟ ਬਹੁਤ ਵਧੀਆ ਸੀਗਾ ਹੁਣ ਮੇਰਾ ਮਨ ਕਰਦਾ ਕਿ ਮੈਂ ਅੱਗੇ ਤੁਹਾਡੇ ਨਾਲ ਕੇਦਾਰਨਾਥ ਜਾਵਾਂ ਹਾਂ ਤੇ ਜਿੱਥੇ ਵੀ ਜਾਈਏ ਤੁਹਾਡੇ ਬੰਦੇ ਸਾਡਾ ਸਾਥ ਦੇ ਰਹੇ ਤੇ ਕਿ ਕੋਈ ਪਿੱਛੇ ਨਾ ਰਹਿ ਗਿਆ ਹੋਵੇ ਕੋਈ ਅੱਗੇ ਨਾਲ ਇਕੱਠੇ ਹੋ ਕੇ ਚੱਲੀਏ ਐਵੇਂ ਬਹੁਤ ਗਰੁੱਪ ਵਿੱਚ ਲੈ ਕੇ ਗਏ ਔਰ ਹਰ ਹਰ ਕਿਸੇ ਦਾ ਧਿਆਨ ਰੱਖਿਆ ਤੁਸੀਂ ਸੇਵਾ ਵੀ ਬਹੁਤ ਵਧੀਆ ਲੰਗਰ ਵੀ ਬਹੁਤ ਪਿਆਰਾ ਕੀਤਾ ਸੀ ਤੁਸੀਂ ਮੈਨੂੰ ਬਹੁਤ ਵਧੀਆ ਲੱਗਿਆ ਜੀ ਤੇ ਹੁਣ ਮਹਿਸੂਸ ਕੀ ਹੋ ਰਿਹਾ ਹੁਣ ਕਿਉਂਕਿ ਹੁਣ ਵਾਪਸੀ ਆ ਖੁਸ਼ੀ ਹੈ ਪਰ ਇਹ ਵੀ ਹੈ ਕਿ ਵਾਰ ਵਾਰ ਦਰਸ਼ਨ ਕਰੀਏ ਬਾਂਕੇ ਬਿਹਾਰੀ ਦੇ ਹਾਂਜੀ ਅਸੀਂ ਹੁਣ ਸਵੇਰੇ ਮਤਲਬ 3 ਵਾਰ ਦਰਸ਼ਨ ਕਰੇ ਮਨ ਕਰੇ ਹੋਰ ਕਰੀ ਜਾਈਏ ਹਾਂਜੀ ਬਹੁਤ ਵਧੀਆ ਲੱਗਿਆ ਤੁਹਾਡਾ ਰਾਧੇ ਰਾਧੇ ਜੀ ਰਾਧੇ ਰਾਧੇ ਜੀ ਬਹੁਤ ਵਧੀਆ ਬਹੁਤ ਬੇਟੀ ਮੇਰੀ ਖੁਸ਼ ਹੋ ਗਈ ਮੈਨੂੰ ਉਹੀ ਵਧੀਆ ਹੈ ਇਸ ਪਾਸੇ ਨੂੰ ਲੱਗ ਗਈ ਹੈ ਨਾ ਬੱਚੇ ਹੁਣ ਜੀ ਬੱਚੇ ਹਾਂਜੀ ਧਾਰਮਿਕ ਲਾਈਨ ਦੇ ਵਿੱਚ ਲੱਗੇ ਰਹੇ ਹਾਂਜੀ ਲਾਈਨ ਦੇ ਵਿੱਚ ਲੱਗੇ ਹਾਂਜੀ 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 ਪਹਿਲੇ ਵੀ ਸੀ ਪਰ ਜ਼ਿਆਦਾ ਥੋੜ੍ਹਾ ਜਿਹਾ ਹੋਰ ਪ੍ਰਭਾਵ ਪੈ ਗਿਆ ਹਾਂ ਬੱਚੀ ਬੱਚੇ ਦੋਨੇ ਠੀਕ ਹੈ ਜੀ ਸਾਰੇ ਬੱਚੇ ਰਾਧੇ ਰਾਧੇ ਕਿਵੇਂ ਲੱਗੀ ਤੁਹਾਨੂੰ ਯਾਤਰਾ ਬਹੁਤ ਵਧੀਆ ਸੀ ਬਹੁਤ ਵਧੀਆ ਤੋਂ ਅਰੇਂਜਮੈਂਟ ਕਿਵੇਂ ਸੀਗਾ ਅਰੇਂਜਮੈਂਟ ਵੀ ਬਹੁਤ ਵਧੀਆ ਸੀ ਹਾਂਜੀ ਰਾਧੇ 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 ਤੁਸੀਂ ਯਾਤਰਾ ਤੇ ਆਏ ਤੇ ਹੁਣ ਅੱਜ ਵਾਪਸੀ ਹੈ ਯਾਤਰਾ ਦੀ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਵਧੀਆ ਲੱਗ ਰਿਹਾ ਸੋ ਦਰਸ਼ਨ ਕਿਵੇਂ ਕੀਤੇ ਭਗਵਾਨ ਜੀ ਦੇ ਪੂਰੇ ਹੋਏ ਦਰਸ਼ਨ ਹਾਂਜੀ ਵਧੀਆ ਹੋ ਗਏ ਹਾਂਜੀ ਕਾਫੀ ਮੰਦਰਾਂ ਵਿੱਚ ਘੁੰਮੇ ਹਾਂਜੀ ਓਕੇ ਨੰਦਗਾਉਂ ਵੀ ਗਏ ਸੀ ਹਾਂਜੀ ਬਹੁਤ ਵਧੀਆ ਜੀ ਰਾਧੇ 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 ਜੀ ਹਾਂਜੀ ਕਿਵੇਂ ਰਹੇ ਆ ਬਹੁਤ ਵਧੀਆ ਯਾਤਰਾ ਰਹੀ ਸਾਡੀ ਹਾਂਜੀ ਸਾਨੂੰ ਅੱਜ 4 ਦਿਨ ਹੋ ਗਏ ਆਇਆਂ ਨੂੰ ਬਹੁਤ ਇੰਜੋਏ ਕੀਤਾ ਸੀ ਬਿਹਾਰੀ ਜੀ ਦੇ ਦਰਸ਼ਨ ਕਰੇ ਆਪਾਂ ਨੰਦਗਾਉਂ ਗਏ ਗੋਕੁਲ ਗਏ ਸਾਰੇ ਕਿਤੇ ਗਏ ਬਰਸਾਨਾ ਆਏ ਵੀ ਹੋਏ ਜੀ ਹਾਂਜੀ ਬਹੁਤ ਵਧੀਆ ਦਰਸ਼ਨ ਹੋਏ ਪਰਿਕਰਮਾ ਵੀ ਕੀਤੀ ਸੀ ਹਾਂਜੀ ਪਰਿਕਰਮਾ ਵੀ ਕਰੀ ਸੀ ਓਕੇ ਹਾਂਜੀ ਰਾਧੇ ਰਾਧੇ ਜੀ ਰਾਧੇ ਰਾਧੇ ਜੀ ਹਾਂਜੀ ਯਾਤਰਾ ਦੇ ਬਾਰੇ ਕੀ ਕਹੋਗੇ ਯਾਤਰਾ ਦਾ ਬਹੁਤ ਆਨੰਦ ਆਇਆ ਜੀ ਹਰ ਸਾਲ ਜਦੋਂ ਵੀ ਆਉਂਦੇ ਕੁਛ ਨਾ ਕੁਛ ਨਵਾਂ ਅਸੀਂ ਮਹਿਸੂਸ ਕਰਦੇ ਹਾਂ ਕੁਛ ਨਾ ਕੁਛ ਨਵੀਂ ਚੀਜ਼ ਸਾਨੂੰ ਦੇਖਣ ਨੂੰ ਅਸੀਂ ਮਿਲਦੀ ਹੈ ਤੋ ਔਰ ਹਮੇਸ਼ਾ ਐਕਸਾਈਟਮੈਂਟ ਹੋਰ ਜ਼ਿਆਦਾ ਵੱਧਦੀ ਹੈ
ਇਸ ਕਰਕੇ ਬਹੁਤ ਆਨੰਦ ਆਇਆ। ਜਿੰਨੀ ਵਾਰ ਵੀ ਆਏ ਹਾਂ ਅਸੀਂ ਇੱਕ ਨਾ ਇੱਕ ਨਵੀਂ ਚੀਜ਼ ਦੇ ਦਰਸ਼ਨ ਕੀਤੇ ਹੈ, ਜਿਸਦੇ ਪ੍ਰਤੀ ਸਾਡੀ ਜੋ ਰਾਧਾ ਔਰ ਕ੍ਰਿਸ਼ਨ ਜੀ ਦੇ ਪ੍ਰਤੀ ਜੋ ਸਾਡਾ ਪ੍ਰੇਮ ਹੈ ਉਹ ਹੋਰ ਜ਼ਿਆਦਾ ਵੱਧਦਾ ਹੈ ਔਰ ਸਾਨੂੰ ਜਾਗਰੂਕ ਕਰਦਾ ਹੈ ਕਿ ਹਾਂਜੀ ਅਸੀਂ ਸਹੀ ਰਾਹ ਚੱਲੀਏ ਔਰ ਸਾਨੂੰ ਉਹਨਾਂ ਦੇ ਪ੍ਰਤੀ ਹੋਰ ਜ਼ਿਆਦਾ ਪ੍ਰੇਮ ਵੱਧਦਾ ਹੈ ਸਾਡਾ ਨਾ ਜਦੋਂ ਵੀ ਅਸੀਂ ਆਉਂਦੇ ਹਾਂ। ਇਸ ਕਰਕੇ ਅਸੀਂ ਉਹਦੇ ਤੋਂ ਬਹੁਤ ਕੁਛ ਇਕੱਠਾ ਬਹੁਤ ਕੁਛ ਬਟੋਰ ਕੇ ਲੈ ਕੇ ਜਾਂਦੇ ਹਾਂ। ਅਸੀਂ ਉਹਦੇ ਤੋਂ ਖਾਲੀ ਨਾ ਕਦੀ ਗਏ ਹੈ ਨਾ ਕਦੀ ਰਾਧਾ ਰਾਣੀ ਸਾਨੂੰ ਕਦੀ ਭੇਜੇਗੀ। ਅਸੀਂ ਜਦੋਂ ਵੀ ਆਉਂਦੇ ਹਾਂ ਅਸੀਂ ਉਹਦੇ ਤੋਂ ਬਹੁਤ ਕੁਛ ਆਪਣਾ ਖੱਟ ਕੇ ਲੈ ਕੇ ਜਾਂਦੇ ਹਾਂ। ਰਾਧੇ ਰਾਧੇ ਜੀ, ਰਾਧੇ ਰਾਧੇ ਜੀ, ਰਾਧੇ ਜੀ, ਰਾਧੇ ਰਾਧੇ, ਰਾਧਾ ਰਾਣੀ ਦੇ ਹਾਰ ਗੇ ਰਹੇ ਤੇ ਪ੍ਰਸਾਦ ਗੇ ਰਹੇ ਤੇ ਪੰਡੇ ਲੋਕਾਂ ਪਹੁੰਚ ਰਹੇ ਤੇ ਅੱਜ ਕ੍ਰਿਕਟ ਦਾ ਮੈਚ ਦੇਖਿਆ ਜੀ ਪਹਿਲੀ ਦਫਾ। ਫੁੱਲਾਂ ਦਾ ਗੱਲ ਕ੍ਰਿਕਟ ਦਾ ਮੈਚ ਦੇਖਿਆ, ਪ੍ਰਸਾਦ ਗੇ ਰਹੇ ਤੇ ਬਹੁਤ ਆਨੰਦ ਆਇਆ ਜੀ। ਇਹ ਯਾਤਰਾ ਬਹੁਤ ਵਧੀਆ ਨਿਕਲੀ, ਭਗਵਾਨ ਨੇ ਬੜੀ ਕਿਰਪਾ ਰੱਖੀ। ਤੁਸੀਂ ਪੈਦਲ ਵੀ ਗਏ ਸੀਗੇ? ਹਾਂ ਮੈਂ ਜੀ ਪੈਦਲ ਸਾਰੀ ਯਾਤਰਾ ਪੈਦਲ ਕਰਕੇ ਆਇਆ ਜੀ। ਬਰਸਾਣੇ ਦੀ ਮਾਨ ਮੰਦਰ ਵੀ ਗਿਆ, ਜੈਪੁਰ ਵਾਲਿਆਂ ਦੇ ਮੰਦਰ ਵੀ ਗਿਆ ਜੀ ਪੈਦਲ ਜੀ। ਹਾਂਜੀ ਵਾਪਸੀ ਮੈਂ ਵੀ ਪੈਦਲ ਆਇਆ ਜੀ ਫਿਰ। ਓਕੇ ਜੀ, ਹਾਂਜੀ। ਸੋ ਜਿੱਥੇ ਉਹ ਰਮਨ ਰੇਤੀ ਹੈ ਉੱਥੇ ਕਿਵੇਂ ਰਿਹਾ ਜੀ? ਬਹੁਤ ਆਨੰਦ ਆਇਆ ਜੀ ਉੱਥੇ, ਅਤੇ ਬਹੁਤ ਆਨੰਦ ਆਇਆ ਜੀ ਭਗਵਾਨ ਰੇਤ ਦੇ ਵਿੱਚ ਲਿਟੇ। ਹਾਂਜੀ ਹਾਂ, ਖੂਬ ਕਿਰਪਾ ਕਰੀ ਭਗਵਾਨ ਦੀ ਜੀ। ਹਾਂਜੀ, ਰਾਧੇ ਰਾਧੇ ਜੀ, ਰਾਧੇ ਰਾਧੇ ਜੀ। ਕਿਵੇਂ ਰਹੀ ਯਾਤਰਾ? ਵਧੀਆ ਰਹੀ ਜੀ, ਬਹੁਤ ਵਧੀਆ ਰਹੀ ਜੀ। ਕਈ ਦਿਨ ਲੱਗ ਗਏ? 4-5 ਦਿਨ ਲੱਗ ਗਏ, 3-4 ਦਿਨ? ਹਾਂਜੀ 2-3 ਦਿਨ ਲੱਗ ਗਏ। ਹਾਂਜੀ, ਫਿਰ ਜਿਹੜਾ ਖਾਣ ਪੀਣ ਦਾ ਪ੍ਰੋਗਰਾਮ ਸੀ ਰਹਿਣ ਦਾ, ਹਾਂਜੀ ਕਿਵੇਂ ਰਿਹਾ? ਵਧੀਆ ਸੀਗਾ ਜੀ ਸਾਰਾ ਕੁਛ। ਕਿਵੇਂ? ਬਹੁਤ ਵਧੀਆ ਸੀਗਾ, ਕੋਈ ਐਸੀ ਗੱਲ ਨਹੀਂ ਸੀ। ਖਾਣ ਪੀਣ ਦਾ ਵੀ ਸੀਗਾ ਵਧੀਆ ਸੀਗਾ ਜੀ। ਹਾਂਜੀ, ਅਤੇ ਰਹਿਣੇ ਦਾ ਵੀ ਵਧੀਆ, ਸਾਡਾ ਕਮਰਾ ਵੀ ਸੀਗਾ। ਮੇਰੇ ਤਰ੍ਹਾਂ ਦੋ ਬੰਦੇ ਸੀਗੇ ਤਾਂ ਦੋਨਾਂ ਨੂੰ ਆਪਣਾ ਹੀ ਕਮਰਾ ਮਿਲਿਆ ਵਾ ਸੀਗਾ, ਇੱਦਾਂ ਮਤਲਬ ਕਿਸੇ ਨਾਲ ਨਹੀਂ ਐਡਜਸਟ ਕਰਵਾਇਆ ਨਾ ਜੀ। ਹਾਂ, ਉਹ ਜ਼ਿਆਦਾ ਹੋ ਜਾਂਦਾ ਇਸ ਤਰ੍ਹਾਂ, ਦੋਨੋਂ ਜਣੇ ਸੀਗੇ ਤਾਂ ਇੱਕੋ ਕਮਰਾ ਦਿਆ ਹੋਇਆ ਸੀਗਾ, ਉਹ ਚੀਜ਼ ਵਧੀਆ ਲੱਗੀ ਜੀ। ਹਾਂਜੀ, ਰਾਧੇ ਰਾਧੇ, ਰਾਧੇ ਰਾਧੇ ਜੀ, ਰਾਧੇ ਰਾਧੇ ਜੀ। ਬਹੁਤ ਵਧੀਆ ਸੀਗਾ, ਬਹੁਤ ਵਧੀਆ। ਹਰ ਸਾਲ ਆਉਂਗੇ ਹੁਣ ਅਸੀਂ? ਹਾਂਜੀ, ਕਈ ਵਾਰੀ ਆਏ ਵੈਸੇ ਨਹੀਂ ਆਪਣਾ ਆ ਜਾਂਦੇ। ਹਾਂਜੀ, ਜਿਹੜਾ ਸੰਗਤ ਦੇ ਨਾਲ ਆਉਣਾ ਫਿਰ ਕਿਵੇਂ ਲੱਗਿਆ ਤੁਹਾਨੂੰ? ਕੋਈ ਆਪਣਾਪਨ ਮਹਿਸੂਸ ਹੋਇਆ ਹੋਣਾ? ਹਾਂਜੀ, ਬਹੁਤ ਕੁਛ ਨਵਾਂ ਦੇਖਣ ਨੂੰ ਮਿਲਿਆ। ਜਿੱਦਾਂ ਪਹਿਲਾਂ ਇਕੱਲੇ ਆਉਂਦੇ ਸੀਗੇ ਤਾਂ ਇੰਨਾ ਜ਼ਿਆਦਾ ਨਹੀਂ ਪਤਾ ਤਾ, ਸੰਗਤ ਨਾਲ ਆ ਕੇ ਬਹੁਤ ਨਵੀਆਂ ਚੀਜ਼ਾਂ ਵੀ ਦੇਖੀਆਂ ਅਸੀਂ ਨਾ ਜੀ। ਹਾਂਜੀ, ਨਵੀਆਂ ਚੀਜ਼ਾਂ ਬਾਰੇ ਪਤਾ ਚੱਲਿਆ, ਨਵੇਂ ਮੰਦਰ ਦੇਖੇ ਅਸੀਂ ਜਿਹੜੇ ਮਤਲਬ ਨਹੀਂ ਦੇਖੇ ਸੀਗੇ ਅਸੀਂ। ਹਾਂਜੀ, ਬਹੁਤ ਵਧੀਆ ਰਿਹਾ। ਰਾਧੇ ਰਾਧੇ, ਰਾਧੇ ਰਾਧੇ ਜੀ, ਸ਼ੇਰਦਾਸ। ਉਹ ਯਾਤਰਾ ਕਿਵੇਂ ਰਹੀ ਤੁਹਾਡੀ? ਬਹੁਤ ਵਧੀਆ ਸੀ ਜੀ। ਪਹਿਲਾਂ ਕਿੰਨੀ ਕੁ ਵਾਰ ਆ ਚੁੱਕੇ ਹੋ ਤੁਸੀਂ? ਕੋਈ ਹਿਸਾਬ ਨਹੀਂ ਹੈਗਾ। ਕੋਈ ਹਿਸਾਬ ਨਹੀਂ ਆ? ਓਕੇ, ਸੋ ਕਿਵੇਂ ਲੱਗਿਆ ਹੁਣ ਤੁਹਾਨੂੰ? ਸੇਠ ਜੀ ਦੇ ਨਾਲ ਪਹਿਲਾਂ ਆਏ ਆ ਇਹਨਾਂ? ਹਾਂਜੀ ਹਾਂਜੀ ਭਾਈ, ਇਹਨਾਂ ਨਾਲ ਆਉਂਦੇ ਰਹਿੰਦੇ ਆ। ਇਹਨਾਂ ਨਾਲ ਆਉਂਦੇ ਰਹਿੰਦੇ? ਹਾਂਜੀ, ਬਹੁਤ ਵਧੀਆ ਅਰੇਂਜਮੈਂਟ ਸੀ ਇਹਨਾਂ ਦਾ। ਹਾਂਜੀ ਹਾਂਜੀ, ਬਹੁਤ ਸੋਹਣਾ, ਅਸੀਂ ਖੁਦ ਵੀ ਦੇਖਿਆ। ਹਾਂਜੀ ਹਾਂਜੀ ਭਈਆ, ਬਹੁਤ ਅੱਛਾ ਸੀਗਾ ਸਾਰਾ ਕੁਛ ਜੀ। ਸਾਰੇ ਮੰਦਰਾਂ ਦੇ ਦਰਸ਼ਨ ਕੀਤੇ? ਹਾਂਜੀ ਹਾਂਜੀ, ਸਾਰਿਆਂ ਦੇ ਕੀਤੇ ਆ। ਓਕੇ ਜੀ, ਰਾਧੇ ਰਾਧੇ, ਰਾਧੇ ਰਾਧੇ ਜੀ, ਲੋ ਮਈਆ, ਰਾਧੇ ਰਾਧੇ ਜੀ। ਕੀ ਕਹੋਗੇ ਜੀ ਯਾਤਰਾ ਬਾਰੇ? ਬਹੁਤ ਅੱਛੀ ਸੀ, ਬਹੁਤ ਅੱਛੀ ਰਹੀ। ਹਾਂਜੀ, ਹੁਣ ਕਿਵੇਂ ਕਰ ਰਿਹਾ ਮਨ, ਮਤਲਬ ਕਿ ਵਾਪਸੀ? ਚਲ ਵਾਪਸੀ ਤੋਂ ਮਨ ਤੋਂ ਕਰਤਾ ਹੀ ਨਹੀਂ ਹੈ, ਜਾਓ ਵੀ ਘਰ ਆਪਣੇ ਜੀ, ਬਿਲਕੁਲ ਨਹੀਂ ਕਰਦਾ ਜੀ। ਪਰ ਜਾਣਾ ਪੈਣਾ, ਜਾਣਾ ਤਾਂ ਪੜੇ ਜੀ। ਕੋਈ ਬਾਤ ਨਹੀਂ, ਫਿਰ ਬੁਲਾਏਗੇ ਭਗਵਾਨ ਜੀ। ਰਾਧੇ ਰਾਧੇ, ਹਾਂਜੀ ਰਾਧੇ ਰਾਧੇ, ਰਾਧੇ ਰਾਧੇ ਜੀ। ਯਾਤਰਾ ਕਿਵੇਂ ਰਹੀ? 4 ਦਿਨ ਦਾ ਇਹ ਯਾਤਰਾ ਦਾ ਟੂਰ ਸੀਗਾ ਜਿਹੜਾ। ਹਾਂਜੀ, ਕਿਵੇਂ ਲੱਗਿਆ ਤੁਹਾਨੂੰ ਯਾਤਰਾ? ਬਹੁਤ ਵਧੀਆ ਰਿਹਾ ਐਕਸਪੀਰੀਅੰਸ, ਪਹਿਲੇ ਟਾਈਮ ਆਇਆ ਅਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਇੱਦਾਂ ਲੱਗ ਰਿਹਾ ਕਿ ਸਾਰੇ ਜਨਮਾਂ ਜਨਮਾਂ ਦੇ ਭਾਪ ਤੁਲ ਗਏ। ਵਾਹ ਜੀ ਵਾਹ। ਹਾਂਜੀ, ਨੈਕਸਟ ਟਾਈਮ ਫਿਰ ਆਵਾਂਗੇ, ਪਲੈਨਿੰਗ ਨਾਲ ਆਵਾਂਗੇ ਪ੍ਰੋਪਰ।
ਹਾਂਜੀ ਰਾਧੇ 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 ਜੀ ਰਾਧੇ ਰਾਧੇ ਜੀ ਰਾਧੇ ਰਾਧੇ ਕਿਸ ਤਰ੍ਹਾਂ ਰਿਹਾ ਹੈ ਤਿੰਨ ਚਾਰ ਦਿਨ ਇੱਥੇ ਕੱਟੇ ਹੈ ਹਾਂਜੀ ਵਧੀਆ ਕਿਸੇ ਦੇ ਮਤਲਬ ਕਿ ਜਿੰਨੇ ਵੀ ਯਾਤਰੀ ਸੀ ਕਿਸੇ ਦੇ ਵਿੱਚ ਕੋਈ ਭੇਦਭਾਵ ਦੇਖਣ ਨਹੀਂ 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 ਬੜੇ ਸਾਰੇ ਸਾਰੇ ਮਿਲਨੇ ਮਿਲਨਸਾਰ ਸੀਗੇ ਜੀ ਬਹੁਤ ਅੱਛੇ ਸੀ ਸਾਰੇ ਬਹੁਤ ਅੱਛੇ ਸੀ ਅਰੇਂਜਮੈਂਟ ਕਿਵੇਂ ਰਿਹਾ ਹੈ ਠੀਕ ਸੀ ਅਰੇਂਜਮੈਂਟ ਹਾਂਜੀ ਰਾਧੇ ਜੀ ਜੀ ਮੈਂ आ चुका इससे पहले दो बार गाड़ी में इतना खुश नहीं हुआ लेकिन अभी जो बस में आया मैं और मेरे जो परिवार है ये पहली बार आया बहुत खुश आनंद मिला सब कुछ अरेंजमेंट इतना अच्छा लगा खाने पीने में भी बहुत अच्छा लगा मेरे को सबसे बढ़िया आनंद लगा खूब बहुत खुश हुआ रमन रेती में इतना खुश हुआ मेरे मन करता था यहाँ पर ही रह जाऊँ जाने को दिल नहीं करता पिछले साल भी सोचूंगा अगर राधा जी का रानी जी का बुलावा होगा तो जरूर आएंगे राधे 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 कैसा लगा आपको मेरे को अच्छा लगा पहली बार मैं वृंदावन आई है बहुत खुश है मैं राधे राधे कार्तिक कौशिक तो तुसी आज यात्रा करके वापस जा रहे हो खरड़ नु ਚਾਰ ਦਿਨ ਦੀ ਯਾਤਰਾ ਸੀ ਕਿਵੇਂ ਲੱਗੀ ਤੁਹਾਨੂੰ ਯਾਤਰਾ ਤਾਂ ਬਹੁਤ ਵਧੀਆ ਸੀਗੀ ਹੁਣ ਵਾਪਸ ਜਾਣ ਦਾ ਮਨ ਨਹੀਂ ਕਰ ਰਿਹਾ ਹਾਂਜੀ ਦਰਸ਼ਨ ਖੂਬ ਕੀਤੇ ਦਰਸ਼ਨ ਤਾਂ ਹਾਂਜੀ ਹਾਂਜੀ ਕੋਈ ਕੁਛ ਖਰੀਦ ਕੇ ਵੀ ਲੈ ਕੇ ਚੱਲੇ ਹੋ ਹਾਂਜੀ ਕੀ ਖਰੀਦਿਆ ਸਪਿਨਰ ਖਰੀਦਿਆ ਜੀ ਅੱਛਾ ਹਾਂਜੀ ਠੀਕ ਹੈ ਫਿਰ ਇਹਦੇ ਨਾਲ ਖੇਡੂਗੇ ਹਾਂਜੀ ਓਕੇ ਬਹੁਤ ਵਧੀਆ ਲੱਗਿਆ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਪਹਿਲੀ ਵਾਰ ਆਏ ਤਾਂ ਵੀ ਬਹੁਤ ਵਧੀਆ ਲੱਗਿਆ ਭਗਵਾਨ ਜੀ ਦੇ ਦਰਸ਼ਨ ਪੂਰੇ ਕਰੇ ਹਾਂਜੀ ਪੂਰੇ ਕੀਤੇ ਭਗਵਾਨ ਜੀ ਦੇ ਅੱਗੋਂ ਦਰਸ਼ਨ ਕਰੇ ਓਕੇ ਫਿਰ ਹੁਣ ਦਿਲ ਕੀ ਕਹਿ ਰਿਹਾ ਵਾਪਸ ਚੱਲਣੇ ਹੋ ਦਿਲ ਕਹਿ ਰਿਹਾ ਕਿ ਵਾਪਸ ਨਾ ਜਾਈਏ ਪੂਰੀ ਰੁਕ ਜਾਈਏ ਅੱਛਾ ਹਾਂਜੀ ਠੀਕ ਹੈ ਜਿਹੜੇ ਰਮਨ ਰੇਤੀ ਸੀ ਤੁਸੀਂ ਉੱਥੇ ਵੀ ਘੁੰਮੇ ਸੀ ਹਾਂਜੀ ਘੁੰਮੇ ਸੀਗੇ ਪੂਰਾ ਆਨੰਦ ਵੀ ਲਿੱਤਾ ਸੀਗਾ ਉੱਥੇ ਨੱਚੇ ਟੱਪੇ ਵੀ ਸੀਗੇ ਨੱਚੇ ਟੱਪੇ ਸੀਗੇ ਹਾਂਜੀ ਓਕੇ ਉੱਥੇ ਰੇਤੇ ਦੇ ਵਿੱਚ ਰੇਤਾ ਵੀ ਲੱਗਦਾ ਸੀਗਾ ਨਹੀਂ ਰੇਤਾ ਬਿਲਕੁਲ ਵੀ ਨਹੀਂ ਲੱਗਿਆ ਤੁਸੀਂ ਵੀ ਉੱਥੇ ਹਾਂਜੀ ਹਾਂਜੀ ਹੋਲੀ ਤੱਕ ਖੇਡਿਆ ਸੀ ਰੇਤੇ ਨਾਲ ਤਾਂ ਫਿਰ ਵੀ ਰੇਤਾ ਲੱਗਿਆ ਨਹੀਂ ਆ ਸੋ ਕੀਰਤਨ ਵੀ ਹੁੰਦੇ ਰਹੇ ਆ ਹਾਂਜੀ ਕੀਰਤਨ ਵੀ ਹੁੰਦੇ ਰਹੇ ਆ ਸੋ ਜਿਨ੍ਹਾਂ ਦੇ ਨਾਲ ਆਪਾਂ ਆਏ ਆ ਸੇਠੀ ਜੀ ਉਹਨਾਂ ਦੇ ਬਾਰੇ ਕੀ ਕਹੋਗੇ ਉਹਨਾਂ ਦਾ ਜਿਹੜਾ ਅਰੇਂਜਮੈਂਟ ਸੀ ਕਿਸ ਤਰ੍ਹਾਂ ਦਾ ਸਾਨੂੰ ਉਹਨਾਂ ਦਾ ਅਰੇਂਜਮੈਂਟ ਬਹੁਤ ਵਧੀਆ ਲੱਗਿਆ ਉਹ ਹਰ ਵਾਰ ਨਾਲ ਸੀਗੇ ਉਹਨਾਂ ਨੇ ਸਾਡਾ ਬਹੁਤ ਧਿਆਨ ਵੀ ਰੱਖਿਆ ਬਹੁਤ ਵਧੀਆ ਲੱਗਿਆ ਚਾਰ ਦਿਨ ਤੋਂ ਸਾਡੇ ਖਿਆਲ ਹੀ ਰੱਖ ਰਹੇ ਹਾਂ ਚਾਰ ਦਿਨ ਹੋਏ ਸਾਨੂੰ ਹੁਣ ਅਸੀਂ ਵਾਪਸ ਜਾ ਰਹੇ ਹਾਂ ਸਾਨੂੰ ਜਾਣ ਦਾ ਪਰ ਮਨ ਨਹੀਂ ਕਰ ਰਿਹਾ ਬਿਲਕੁਲ ਵੀ ਜਾਣਾ ਪੈਣਾ ਹਾਂਜੀ ਰਾਧੇ 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 ਕਿਵੇਂ ਲੱਗੀ ਯਾਤਰਾ ਤੁਹਾਨੂੰ ਪਹਿਲੀ ਵਾਰੀ ਬਹੁਤ ਵਧੀਆ ਐਕਸਪੀਰੀਅੰਸ ਹੈ ਰਮਨ ਰੇਤੀ ਵਿੱਚ ਗਏ ਸੀਗੇ ਉੱਥੇ ਕਿੰਨਾ ਇੰਜੋਏ ਕੀਤਾ ਬਹੁਤ ਜ਼ਿਆਦਾ ਵਧੀਆ ਲੱਗਿਆ ਜਿਹੜਾ ਉੱਥੇ ਰੇਤਾ ਹੈ ਉਹ ਤੁਹਾਡੇ ਕੱਪੜਿਆਂ ਨੂੰ ਤਾਂ ਨਹੀਂ ਜੀ ਉੱਥੇ ਰੇਤੇ ਨਾਲ ਖੇਡਦੇ ਜ਼ਰੂਰ ਹੈ ਪਰ ਉਹ ਰੇਤਾ ਲੱਗਦਾ ਨਹੀਂ ਹੈ ਹਾਂਜੀ ਰਾਧੇ ਰਾਧੇ ਜੀ ਰਾਧੇ ਰਾਧੇ ਜੀ ਕਿਵੇਂ ਲੱਗੀ ਯਾਤਰਾ ਵਧੀਆ ਲੱਗੀ ਜੀ ਵਧੀਆ ਭਗਵਾਨ ਜੀ ਦੇ ਦਰਸ਼ਨ ਕੀਤੇ ਹਾਂਜੀ ਕਿੰਨੇ ਕੁ ਮੰਦਰਾਂ ਦੇ ਵਿੱਚ ਘੁੰਮੇ ਬਥੇਰੇ ਮੰਦਰਾਂ ਦੇ ਵਧੀਆ ਪਰਿਕਰਮਾ ਕੀਤੀ ਸੀ ਹਾਂਜੀ ਹਾਂਜੀ ਰਾਧੇ 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 ਜੀ ਰਾਧੇ ਰਾਧੇ ਜੀ ਰਾਧੇ ਰਾਧੇ
ਸੋ ਤਿੰਨ ਚਾਰ ਦਿਨ ਯਾਤਰਾ ਕੀਤੀ ਆ ਤੁਸੀਂ, ਭਗਵਾਨ ਜੀ ਦੇ ਦਰਸ਼ਨ ਕੀਤੇ ਆ, ਤਕਰੀਬਨ ਸਾਰੇ ਮੰਦਰਾਂ ਦੇ ਵਿੱਚ ਗਏ ਹੋਣੇ ਆ ਜੀ? ਹਾਂਜੀ ਹਾਂਜੀ, ਮੈਂ ਪਹਿਲੀ ਵਾਰ ਆਇਆ ਜੀ ਜੀ, ਅਤੇ ਸਾਰੇ ਮੰਦਰਾਂ ਦੇ ਦਰਸ਼ਨ ਕੀਤੇ, ਬਹੁਤ ਵਧੀਆ ਲੱਗੇ ਜੀ ਜੀ, ਬਹੁਤ ਵਧੀਆ ਐਟਮੋਸਫੀਅਰ ਹੈਗਾ, ਠੀਕ ਹੈ ਜੀ, ਅਤੇ ਬਹੁਤ ਇੰਜੋਏ ਕੀਤਾ ਨਾਲੇ, ਬਿਲਕੁਲ ਜੀ, ਠੀਕ ਹੈ ਜੀ, ਸਾਰੇ ਧਾਮਾਂ ਦੇ ਦਰਸ਼ਨ ਕੀਤੇ, ਰਾਧਾ ਰਾਣੀ ਦੇ ਵੀ ਕੀਤੇ ਜੀ, ਠੀਕ ਹੈ, ਬਰਸਾਣੇ ਮਥੁਰਾ, ਠੀਕ ਹੈ ਜੀ, ਬਹੁਤ ਵਧੀਆ ਰਿਹਾ ਜੀ, ਅਤੇ ਆਪਾਂ ਸੇਠੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ, ਜਿਹੜੇ ਸਾਨੂੰ ਲੈ ਕੇ ਆਏ ਜੀ ਯਾਤਰਾ 'ਤੇ, ਅਤੇ ਆਪਾਂ ਚਾਹਵਾਂਗੇ ਅਗਲੀ ਵਾਰ ਵੀ ਇੱਥੇ ਯਾਤਰਾ 'ਤੇ ਆਵੀ ਆਈਏ ਅਤੇ ਦਰਸ਼ਨ ਕਰੀਏ ਜੀ, ਰਾਧੇ ਰਾਧੇ ਜੀ। ਯਾਤਰਾ ਦਾ ਕਿਵੇਂ ਐਕਸਪੀਰੀਅੰਸ ਰਿਹਾ ਤੁਹਾਡਾ? ਬਹੁਤ ਵਧੀਆ ਜੀ ਜੀ, ਹਾਂਜੀ ਬਹੁਤ ਅੱਛਾ ਸੀਗਾ, ਖਾਣਾ ਪੀਣਾ ਵੀ ਬਹੁਤ ਅੱਛਾ ਸੀਗਾ, ਹਾਂਜੀ ਮੰਦਰ ਬਹੁਤ ਅੱਛੇ ਸੀਗੇ, ਸਾਰੇ ਮੰਦਰ ਬਹੁਤ ਹੀ ਵਧੀਆ ਸੀਗੇ, ਬਾਂਕੀ ਬਿਹਾਰੀ ਜੀ ਦਾ ਮੰਦਰ ਵੀ ਅੱਛਾ ਸੀਗਾ, ਰਾਧਾ ਰਾਣੀ ਦਾ ਵੀ, ਹਾਂਜੀ ਅਸੀਂ ਚਾਹੁੰਦੇ ਹਾਂ ਅਗਲੀ ਵਾਰ ਵੀ ਆਈਏ, ਤੁਸੀਂ ਵੀ ਜ਼ਰੂਰ ਆਇਓ, ਜਿੰਨੀ ਵੀ ਸੰਗਤ ਹੈ ਹੋਰ ਵੀ ਜਿੰਨੀ ਬਾਹਰ ਦੀ ਦੇਖੇਗੀ ਸਾਡਾ ਲਾਈਵ ਉਹ ਵੀ ਜ਼ਰੂਰ ਆਵੇ ਜੀ। ਰਾਧੇ ਰਾਧੇ ਜੀ, ਸਭ ਤੋਂ ਪਹਿਲਾਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਜੀ ਬੋਲ ਵਰਿੰਦਾਵਨ ਬਿਹਾਰੀ ਲਾਲ ਕੀ ਜੈ। ਬਹੁਤ ਹੀ ਆਨੰਦ ਆਇਆ ਜੀ ਆਪਾਂ ਨੂੰ ਇਸ ਯਾਤਰਾ ਦੇ ਵਿੱਚ, ਮੈਨੂੰ ਕਾਫੀ ਦੇਰ ਹੋ ਗਈ ਇਸ ਬੱਸ ਦੇ ਨਾਲ ਆਉਂਦੇ ਹੋਏ, ਠੀਕ ਹੈ ਜੀ, ਮੈਨੂੰ ਜੋੜਨੇ ਵਾਲੇ ਵੀ ਸਿੱਠੀ ਜੀ ਹੈ ਜੀ, ਅਤੇ ਮੈਨੂੰ ਕਾਫੀ 6-7 ਸਾਲ ਹੋ ਗਏ ਆਉਂਦੇ ਹੋਏ ਇਸ ਯਾਤਰਾ ਦੇ ਨਾਲ ਮੈਨੂੰ, ਅਤੇ ਹਰ ਸਾਲ ਦੀ ਤਰ੍ਹਾਂ ਅਸੀਂ ਹੁਣ ਬੱਸ ਲੈ ਕੇ ਆ ਰਹੇ ਹਾਂ ਜੀ, ਜਿਵੇਂ ਸਾਰਾ ਅਰੇਂਜਮੈਂਟ ਵਧੀਆ ਹੁੰਦਾ, ਸਾਰੀ ਜਗ੍ਹਾ ਅਸੀਂ ਆਨੰਦ ਲੈਂਦੇ ਹਾਂ, ਭਗਵਾਨ ਦੀ ਉਰੇ ਬ੍ਰਜਧਾਮ 'ਚ ਆਏ ਹਾਂ ਤਾਂ ਬ੍ਰਜਧਾਮ ਦਾ ਜਿਹੜਾ ਆਨੰਦ ਆ ਬਹੁਤ ਹੀ ਜ਼ਿਆਦਾ, ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ, ਸ਼ਬਦਾਂ ਵਿੱਚ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਥੋੜ੍ਹਾ ਜਿਹਾ ਦਿਲ ਭਰਿਆ ਹੋਇਆ ਕਿ ਆਪਾਂ ਵਾਪਿਸ ਜਾ ਰਹੇ ਹਾਂ ਛੱਡ ਕੇ, ਅਤੇ ਬੜਾ ਹੀ ਸੁਭਾਗਾ ਸਮਾਂ ਸੀ ਜਿਹੜਾ ਆਪਾਂ 2 ਜਾਂ 3-4 ਦਿਨ ਜਿਹੜੇ ਵੀ ਅਸੀਂ ਉਰੇ ਬਿਤਾਏ ਹਾਂ ਤਾਂ ਬੜੇ ਅੱਛੇ ਗਏ ਆਪਣੇ, ਤਾਂ ਉਸਦੇ ਵਿੱਚ ਅਸੀਂ ਜੋ ਵੀ ਅੱਜ ਤਾਂ ਕੁਛ ਜ਼ਿਆਦਾ ਹੀ ਅਸੀਂ ਪ੍ਰਾਚੀਨ ਮੰਦਰ ਵੀ ਦੇਖੇ ਹੈ, ਠੀਕ ਹੈ ਜੀ, ਕੁਛ ਸੰਗਤਾਂ ਸਾਡੇ ਨਾਲ ਸੀਗੀਆਂ ਉਹਨਾਂ ਨੇ ਵੀ ਬਹੁਤ ਆਨੰਦ ਲਿੱਤਾ ਹੈ ਜੀ, ਬਹੁਤ ਹੀ ਜ਼ਿਆਦਾ ਪ੍ਰਾਚੀਨ ਮੰਦਰਾਂ ਦੇ ਦਰਸ਼ਨ ਕੀਤੇ ਹੈ ਜੀ, ਬਹੁਤ ਹੀ ਆਨੰਦ ਆਇਆ ਜੀ। ਰਾਧੇ 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 ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਬਹੁਤ ਵਧੀਆ ਰਹੀ ਜੀ ਯਾਤਰਾ, ਸਭ ਤੋਂ ਪਹਿਲਾਂ ਸੇਠੀ ਵੀਰ ਨੂੰ ਬਹੁਤ ਬਹੁਤ ਵਧਾਈਆਂ, ਇੰਨੀ ਖੁਸ਼ੀ ਵਰਤੀ ਸਾਨੂੰ, ਹਰ ਇੱਕ ਮੰਦਰਾਂ 'ਚ ਘੁੰਮਣੇ ਨੂੰ ਮਿਲਿਆ ਸਾਨੂੰ, ਬਹੁਤ ਵਧੀਆ ਸੇਵਾ ਮਿਲੀ, ਮੈਂ ਤਾਂ ਕਹਿੰਦਾ ਇਹ ਸਾਲ ਅਸੀਂ ਆਉਂਦੇ ਰਹੀਏ ਜਾਂਦੇ ਰਹੀਏ, ਬਹੁਤ ਵਧੀਆ ਲੱਗਿਆ ਸਾਨੂੰ ਜੀ। ਰਾਧੇ ਰਾਧੇ ਜੀ, ਰਾਧੇ ਰਾਧੇ ਜੀ। ਵਿੱਕੀ ਸ਼ਰਮਾ ਜੀ, ਯਾਤਰਾ 'ਤੇ ਆਏ ਹੋ ਅਤੇ ਹੁਣ ਵਾਪਸੀ ਹੈ, ਕਿਵੇਂ ਰਹੀ ਯਾਤਰਾ? ਵਧੀਆ ਰਹੀ ਜੀ ਯਾਤਰਾ, ਪਰਮਾਤਮਾ ਦੀ ਕਿਰਪਾ ਨਾਲ ਜੀ, ਸ਼੍ਰੀ ਜੀ ਦੀ ਕਿਰਪਾ ਨਾਲ ਵਧੀਆ ਗਈ ਜੀ ਯਾਤਰਾ, ਪੂਰਾ ਸੰਗਤ ਨੇ ਇੰਜੋਏ ਕੀਤਾ ਜੀ, ਮਤਲਬ ਆਪਣਾ ਤੀਰਥ ਕੀਤੇ ਜੀ, ਜਿੱਥੇ ਜਿੱਥੇ ਜਾਣਾ ਤਾ ਜੀ, ਠੀਕ ਹੈ ਜੀ, ਸਾਰੇ ਧਾਮ ਘੁੰਮੇ ਜੀ, 84 ਧਾਮ ਦੀ ਪਰਿਕਰਮਾ ਲਈ ਜੀ, ਗੋਵਰਧਨ ਗਿਰੀਰਾਜ ਜੀ ਆਪਾਂ, ਠੀਕ ਹੈ ਜੀ, ਪਰਿਕਰਮਾ ਲਾ ਕੇ ਆਏ ਸਾਰੇ। ਹਾਂਜੀ, ਤੁਸੀਂ ਲੰਗਰ ਦੇ ਵਿੱਚ ਵੀ ਕਾਫੀ ਸੇਵਾ ਕੀਤੀ ਹੈ? ਹਾਂਜੀ, ਕਰਵਾਉਣ ਵਾਲਾ ਤਾਂ ਪਰਮਾਤਮਾ ਹੈ ਜੀ, ਹੈ ਨਾ ਜੀ, ਪਰਮਾਤਮਾ ਨੇ ਕਰਵਾਈ ਹੈ ਜੀ, ਬਾਕੀ ਇਹ ਸਾਰੀ ਟੀਮ ਸੀ ਜੀ ਮੇਰੀ, ਹੈ ਨਾ ਜੀ, ਬਾਕੀ ਪੰਕਜ ਜੀ, ਮੋਹਿਤ ਜੀ, ਸਾਡਾ ਜਿਹੜਾ ਪ੍ਰਧਾਨ ਹੈ ਜੀ, ਮਤਲਬ ਇਹਦਾ ਕ੍ਰਿਸ਼ਨ ਕਲੱਬ ਦਾ ਜੀ, ਆਪਣਾ ਅਮਿਤ ਸੇਠੀ, ਠੀਕ ਹੈ ਜੀ, ਅਤੇ ਮਤਲਬ ਸਾਨੂੰ ਇੰਸਟਰਕਸ਼ਨ ਦਿੰਦਾ ਤਾ ਜੀ, ਅਸੀਂ ਸੇਵਾ ਕਰ ਦਿੱਤੇ ਜੀ। ਹਾਂਜੀ, ਉਹ ਸਾਨੂੰ ਇਹੀ ਗੱਲ, ਸਾਡਾ ਮੇਨ ਫੋਕਸ ਇਹੀ ਹੈ ਵੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ ਜੀ, ਠੀਕ ਹੈ ਜੀ, ਬਸ ਹਾਂਜੀ, ਸੰਗਤ ਦਾ ਸਾਨੂੰ ਮੇਨ ਹੁੰਦਾ ਹੈ ਵੀ ਸੰਗਤ ਖੁਸ਼ ਹੈ ਤਾਂ ਮਤਲਬ ਠਾਕੁਰ ਜੀ ਖੁਸ਼ ਹੈ, ਜੇ ਸੰਗਤ ਖੁਸ਼ ਨਹੀਂ ਹੈ ਤਾਂ ਸਾਰੀ ਤੁਹਾਡੀ ਸੇਵਾ ਹੀ ਜ਼ੀਰੋ ਹੈ ਜੀ, ਤੁਹਾਡਾ ਆਉਣਾ ਹੀ ਜ਼ੀਰੋ ਹੈ ਜੀ, ਕਿਉਂਕਿ ਜ਼ਿੰਮੇਵਾਰੀ ਹੁੰਦੀ ਹੈ ਜੀ, ਇੱਕ ਬੱਸ ਲਿਆਉਣਾ ਤਾਂ ਚਲੋ ਛੋਟੀ ਜਿਹੀ ਗੱਲ ਹੈ, ਲੇਕਿਨ ਜੇ ਸੰਗਤ ਨੂੰ ਪਰੇਸ਼ਾਨੀ ਹੈ ਜੀ, ਹੈ ਨਾ ਜੀ, ਤਾਂ ਤੁਹਾਡਾ ਪਹਿਲਾ ਰਿਸਪੋਂਸਿਬਿਲਟੀ ਤੁਹਾਡੀ ਸੰਗਤ ਹੈ,
ਕਿ ਦਰਸ਼ਨ ਜਾਓ ਤੁਸੀਂ ਨਾ ਜਾਓ, ਕਿ ਹੁਣ ਜੇ ਅਸੀਂ ਦਰਸ਼ਨ ਚਲੇ ਜਾਈਏ ਪਿੱਛੇ ਸੰਗਤ ਭੁੱਖੀ ਰਹਿ ਜਾਵੇ, ਹੈ ਨਾ ਜੀ, ਕੋਈ ਮਿਲੇ ਨਾ, ਫੈਸਿਲਿਟੀਜ਼ ਨਾ ਮਿਲੇ, ਹੈ ਨਾ ਜੀ, ਉਹ ਵੀ ਇੱਕ ਆਸ ਲੈ ਕੇ ਤੀਰਥ ਕਰਦੀ ਹੈ। ਪਰ ਪਰਮਾਤਮਾ ਵੀ ਕਹਿੰਦਾ ਪਹਿਲਾਂ ਭੋਜਨ, ਹੈ ਨਾ ਜੀ, ਹੈ ਨਾ ਜੀ, ਪਹਿਲਾਂ ਲੰਗਰ ਫਿਰ ਪੰਗਤ, ਹੈ ਨਾ ਜੀ, ਤਾਂ ਜੀ ਜਦ ਅੰਦਰ ਕੁਛ ਭੋਜਨ ਜਾਊਗਾ ਜੀ, ਹੈ ਨਾ ਜੀ, ਤਾਂ ਅਗਲਾ ਯਾਤਰਾ ਵੀ ਕਰਦਾ, ਹੈ ਨਾ, ਭਜਨ ਵੀ ਕਰਦਾ, ਠੀਕ ਹੈ ਜੀ, ਭਾਵ ਦੀ ਗੱਲ ਹੈ ਜੀ, ਮਤਲਬ ਪਰਮਾਤਮਾ ਕਰਵਾਉਂਦਾ ਅਸੀਂ ਕਰਦੇ ਹਾਂ ਜੀ। ਹਾਂਜੀ ਹਾਂਜੀ, ਰਾਧੇ ਰਾਧੇ ਜੀ। ਗੰਗਾ ਸਿੰਘ ਜੀ, ਤੁਸੀਂ ਬੜੀ ਸੇਵਾ ਕਰਦੇ ਹੋ ਖਰੜ ਦੇ ਵਿੱਚ, ਜਿੰਨੇ ਵੀ ਤਕਰੀਬਨ ਮੰਦਰ ਹੈ ਤੁਹਾਨੂੰ ਹਰ ਮੰਦਰ ਦੇ ਵਿੱਚ ਸੇਵਾ ਕਰਦੇ ਹੀ ਦੇਖਿਆ ਗਿਆ ਹੈ। ਰਾਮਲੀਲਾ ਦੇ ਵਿੱਚ ਵੀ ਤੁਸੀਂ ਬੜੀ ਸੇਵਾ ਕਰਦੇ ਹੋ, ਕਿਤੇ ਰਾਸਲੀਲਾ ਹੋਵੇ ਜਾਂ ਕਿਤੇ ਲੰਗਰ ਹੋਵੇ ਤਾਂ ਤੁਸੀਂ ਪੂਰੀ ਸੇਵਾ ਕਰਦੇ ਹੋ। ਸੋ ਇਹ ਯਾਤਰਾ ਆਈ ਹੈ ਖਰੜ ਤੋਂ, ਤੁਸੀਂ ਇਸ ਯਾਤਰਾ ਦੇ ਨਾਲ ਵੀ ਹਰ ਸਾਲ ਆਉਂਦੇ ਹੋ, ਕਿਵੇਂ ਲੱਗੀ ਤੁਹਾਨੂੰ ਇਹ ਯਾਤਰਾ, ਅਤੇ ਅੱਜ ਇਸ ਯਾਤਰਾ ਦੀ ਵਾਪਸੀ ਹੈ, ਤੁਹਾਡਾ ਮਨ ਹੁਣ ਕੀ ਕਹਿ ਰਿਹਾ ਜਾਣ ਦੇ ਲਈ? ਪਹਿਲਾਂ ਸਾਰਿਆਂ ਨੂੰ ਰਾਜ ਰਾਜ ਜੀ, ਅਤੇ ਮੈਂ ਇਹ ਤੁਹਾਨੂੰ ਦਾ ਸਵਾਗਤ ਕਰਦਾ ਜੀ, ਸਾਡੇ ਕਫੋਂ 'ਤੇ ਆਉਂਦੇ ਹਾਂ, ਅਤੇ ਆਪਣਾ ਕਿ ਜਿਹੜੀ ਯਾਤਰਾ ਸਾਡੀ ਖਰੜ ਤੋਂ ਆਈ ਸੀਗੀ ਵਰਿੰਦਾਵਨ, ਵਰਿੰਦਾਵਨ 'ਚ ਜਿੰਨੇ ਵੀ ਮੰਦਰ ਹੈ ਸਭ ਦੇ ਦਰਸ਼ਨ ਕੀਤੇ ਆ ਜੀ, ਅਤੇ ਗਿਰਿਰਾਜ ਜੀ ਦੀ ਪਰਿਕਰਮਾ ਦਾ ਜੀ ਆ ਉਹ ਨੰਗੇ ਪੈਰੀ ਲਾਈ ਆ, 21 ਕਿਲੋਮੀਟਰ ਪਰਿਕਰਮਾ ਹੈ, ਅਤੇ ਉਸ ਤੋਂ ਬਾਅਦ ਹੁਣ ਜਿਹੜਾ ਯਾਤਰੀ ਆ ਜੀ ਆਪਾਂ ਬਰਸਾਨੇ ਮੱਥਾ ਟੇਕੇ ਆਏ ਹਾਂ ਜੀ, ਹੁਣ ਸਾਡੀ ਵਾਪਸੀ ਹੈ ਜੀ, ਦਿਲ ਤਾਂ ਕਰਦਾ ਨਹੀਂ ਆਪਾਂ ਜਾਣ ਦਾ ਪਰ ਜਾਣਾ ਪੈਣਾ ਜੀ, ਮਜਬੂਰੀ ਹੈ ਜੀ, ਅਤੇ ਆਪਣਾ ਬਹੁਤ ਬਹੁਤ ਵਧੀਆ ਲੱਗਿਆ, ਆਨੰਦ ਆਇਆ, ਜਿਹੜਾ ਵੀ ਫੰਕਸ਼ਨ ਪ੍ਰੋਗਰਾਮ ਹੈ ਸਭ ਸਾਰਿਆਂ ਨੂੰ ਵਿੱਚ ਆਨੰਦ ਆਇਆ ਜੀ, ਔਰ ਜਿਹੜਾ ਆਪਣਾ ਪ੍ਰਸ਼ਾਦ ਵਗੈਰਾ ਬਣਦਾ ਸੀਗਾ ਪ੍ਰਸ਼ਾਦ ਵੀ ਬਹੁਤ ਵਧੀਆ ਬਣਦਾ ਸੀਗਾ ਜੀ, ਪ੍ਰਸ਼ਾਦ ਖਾ ਵੀ ਆਨੰਦ ਆਇਆ ਜੀ, ਅਤੇ ਇਹ ਤੁਹਾਨੂੰ ਲਈ ਫਿਰ ਇੱਕ ਵਾਰ ਸਵਾਗਤ ਹੈ ਜੀ, ਧੰਨਵਾਦ ਹੈ ਜੀ ਇਹਨਾਂ ਲਈ, ਸਾਡੇ ਹਰ ਇੱਕ ਥਾਂ 'ਤੇ ਖੜ੍ਹੇ ਹਾਂ ਜੀ, ਰਾਧੇ ਰਾਧੇ ਜੀ।